ਬਲਕਾਰ ਸਿੰਘ ਜੀ, ਪਿੰਡ ਸੰਘੇੜਾ, ਜ਼ਿਲ੍ਹਾ ਮੋਗਾ ਜੀ। ਹਾਲਾਤ ਬਹੁਤ ਮਾੜੇ ਆ ਜੀ, ਹਾਲਾਤ ਬਹੁਤ ਮਾੜੇ ਆ, ਪੱਠੇ ਡੱਕੇ ਤੋਂ ਬਹੁਤ ਜੀ ਤੰਗ ਆ ਜੀ। ਕੋਈ ਚਾਰਾ ਚੂਰਾ ਨਹੀਂ ਅੱਗੇ ਆ ਰਿਹਾ ਜੀ। ਤੂੜੀਆਂ ਤਾੜੀਆਂ ਸਾਰੀਆਂ ਲੋਕਾਂ ਦੇ ਰੁੜ ਗਈਆਂ ਨੇ, ਪੱਠੇ ਤਾਂ ਮਰੇ ਮਰੇ ਨੇ ਜੀ। ਪਹਿਲਾਂ ਹੀ ਪਾਣੀ ਆਇਆ ਸੀ, ਹੁਣ ਫਿਰ ਦੁਬਾਰਾ ਆ ਗਿਆ ਪਾਣੀ ਜੀ। ਪਾਣੀ ਬਹੁਤ ਵੱਧ ਰਿਹਾ ਜੀ। ਜਿਵੇਂ ਖਬਰਾਂ ਆ ਰਹੀਆਂ ਪਿੱਛੋਂ ਹੀ, ਬਹੁਤ ਫਲੱਡ ਗੇਟ ਖੋਲ੍ਹੇ ਗਏ ਨੇ, ਜਿਵੇਂ ਮੰਨ ਲਓ 8-8 ਫੁੱਟ ਖੋਲ੍ਹੇ ਗਏ ਨੇ। ਤੁਸੀਂ ਘਰੇ ਬੈਠੇ ਹੋ, ਕੋਈ ਇੰਤਜ਼ਾਮ ਕੀਤਾ? ਕੋਈ ਇੰਤਜ਼ਾਮ ਕਿਸੇ ਨੇ ਕੁਛ ਨਹੀਂ ਕੀਤਾ ਜੀ। ਸਮਾਨ ਸਮੂਨ ਹੈਗਾ ਉਹ ਛੱਤਾਂ 'ਤੇ ਚੜ੍ਹਾਈ ਜਾਂਦੇ ਆ। ਹਾਂਜੀ, ਕੀ ਕਹਿਣਾ ਚਾਹੁੰਦੇ? ਇਹੀ ਕਹਿੰਦੇ ਸਾਨੂੰ ਕੋਈ ਸਰਕਾਰ ਮਦਦ ਦੇਵੇ, ਸਾਨੂੰ ਕੋਈ ਚਾਰਾ ਆਵੇ, ਆਪਣੇ ਖਲ ਖੁਲ ਆਵੇ ਡੰਗਰਾਂ ਵਾਸਤੇ, ਕੋਈ ਤੂੜੀ ਪੱਠੇ ਆਉਣ। ਤੇ ਪਸ਼ੂਆਂ ਦਾ ਮੰਦਾ ਜ਼ਿਆਦਾ, ਪਸ਼ੂਆਂ ਦਾ ਬਹੁਤ ਮੰਦਾ ਆ ਰਿਹਾ ਜੀ। ਲੱਗਦਾ ਨਹੀਂ ਦੁਬਾਰਾ ਅਗਰ ਪਾਣੀ ਵੱਧ ਜਾਏ ਫਿਰ ਨੁਕਸਾਨ ਵੀ ਹੋ ਸਕਦਾ ਵੱਡਾ? ਹਾਂਜੀ ਹਾਂਜੀ, ਬਹੁਤ ਨੁਕਸਾਨ ਹੋ ਗਿਆ। ਪਹਿਲਾਂ ਹੀ ਜੀ ਤਰੇੜਾ ਤਰੋੜਾ ਆ ਗਈਆਂ, ਜਿਹੜੇ ਪੱਕੇ ਮਕਾਨ ਸੀ ਉਹਨਾਂ ਤਰੇੜਾ ਤਰੋੜਾ ਪਹਿਲਾਂ ਹੀ ਆ ਗਈਆਂ ਜੀ। ਹੁਣ ਦੁਬਾਰਾ ਆ ਗਿਆ ਤਾਂ ਫਿਰ ਬਹੁਤ ਮੁਸ਼ਕਲ ਹੈ ਜੀ। ਹੋ ਸਕਦਾ ਵੀ ਲੈਂਟਰ ਲੁੰਟਰ ਜਿਹੜੇ ਪਾਏ ਨੇ ਥੱਲੇ ਡਿੱਗ ਪੈਣ ਜੀ। ਪੀਣੇ ਵਾਲਾ ਪਾਣੀ ਕਿਸ ਤਰ੍ਹਾਂ ਇੰਤਜ਼ਾਮ ਕਰਦੇ? ਪੀਣੇ ਵਾਲਾ ਪਾਣੀ ਜੀ ਅੱਗੇ ਤਾਂ ਦੇ ਜਾਂਦੇ ਸੀ ਬਾਹਰ ਸੇਵਾ ਸੂਬਾ ਵਾਲੇ ਜੀ, ਹੁਣ ਤਾਂ ਔਖਾ ਹੀ ਜੀ। ਬਾਹਰ ਨਲਕਿਆਂ ਦਾ ਪਾਣੀ ਬਹੁਤ ਖਰਾਬ ਹੈ ਜੀ, ਪਾਣੀ ਵਿੱਚ ਰਲ ਗਿਆ ਨਾ ਪਾਣੀ ਵਾਲਾ, ਤੇ ਬਹੁਤ ਔਖਾ ਜੀ, ਪਾਣੀ ਭਰੀ ਬਹੁਤ ਔਖਾ ਜੀ। ਕਿਸ ਤਰ੍ਹਾਂ ਹਾਲਾਤ ਇਹ ਵੀ ਪਾਣੀ ਵੀ ਨਹੀਂ ਹੈਗਾ, ਖਾਣ ਨੂੰ ਵੀ ਨਹੀਂ ਕੁਛ, ਪਸ਼ੂਆਂ ਦਾ ਵੀ ਮੰਦਾ ਹਾਲ। ਅਸੀਂ ਵੀ ਤੇ ਕਿਤੇ ਬਹਿਣ ਨੂੰ ਥਾਂ ਵੀ ਨਹੀਂ ਹੈਗੀ, ਅਸੀਂ ਇੱਥੇ ਬੈਠੇ ਪਾਣੀ 'ਚ ਹੀ, ਤੇ ਬਹੁਤ ਮੰਦੇ ਹਾਲ ਹੈ। ਨਾ ਕੋਈ ਬਾਲਣ ਲੱਕੜ, ਰੋਟੀ ਪਾਣੀ ਤੋਂ ਵੀ ਤੰਗ ਹੈ ਇਸ ਟਾਈਮ। ਪਾਣੀ ਦੁਬਾਰਾ ਵਧਣਾ ਸ਼ੁਰੂ ਹੋ ਗਿਆ? ਹਾਂ, ਦੁਬਾਰਾ ਪਾਣੀ ਸ਼ੁਰੂ ਹੋ ਗਿਆ ਵਧਣਾ। ਇਸ ਤਰ੍ਹਾਂ ਹਾਲਾਤ ਹੈ। ਪੀਣੇ ਵਾਲਾ ਪਾਣੀ ਦੀ ਬਾਤ ਕੀ ਹੈ? ਪੀਣੇ ਵਾਲਾ ਵੀ ਹੈ ਨਹੀਂ ਗਾ, ਵੀ ਪੀਣੇ ਵਾਲਾ ਵੀ ਕਿੱਥੇ ਸੀ, ਉਹ ਵੀ ਹੁਣ ਉੱਥੇ ਪਾਣੀ ਆ ਗਿਆ ਤੇ ਹੈ ਹੀ ਨਹੀਂ ਪੀਣੇ ਵਾਲਾ ਵੀ ਪਾਣੀ, ਤੇ ਬਹੁਤ ਹਾਲਤ ਮੰਦੀ ਹੈ। ਤੁਸੀਂ ਪਾਣੀ ਦੇ ਅੰਦਰ ਹੀ ਬੈਠੇ ਹੋ, ਚਾਰੋਂ ਪਾਸੇ ਪਾਣੀ? ਹਾਂ, ਸਾਰੇ ਪਾਸੇ ਅਸੀਂ ਵਿਚਾਲੇ ਹਾਂ, ਵੀ ਸਾਡੇ ਸਾਰਾ ਚਾਰ ਚਫੇਰੇ ਹੀ ਪਾਣੀ ਆ। ਬਹੁਤ ਹਾਲਤ ਖਰਾਬ ਕੀਤੀ ਖਰ ਪਾਣੀ ਜੋ ਪਹਿਲਾਂ ਆਇਆ ਸੀ, ਬਹੁਤ ਸਾਡੇ ਘਰਾਂ ਦਾ ਨੁਕਸਾਨ ਹੋ ਗਿਆ। अभी भी देख रहे हो आप, आ रहा है ये पानी। पर जे सानू तो सरकार वालों एक ही बेनती करांगे, साडा पिंड जल्द तो जल्द जिन्ना ही जल्दी हो सकता साडा बाहर कढ़िया जाए। घर दे हालात किस तरह? घर दे हालात माड़े ही आ, जो अगे समान हैगा सारा पी लिया, कोई रोड़ लिया, कोई माड़ा मोटा बचिया, बस पानी हुण फिर आ गया दोबारा। चिंतावां बहुत वधातियां जी। पहला पानी उतरे नहीं सी, बाद दे विच आफत फिर आ गई। ਅਸੀਂ ਤਾਂ ਪਹਿਲਾਂ ਨਹੀਂ ਹੰਢਾਏ, ਜੇ ਸੰਤਾਪ ਹੰਢਾ ਰਹੇ ਸੀ ਅਤੇ ਬਾਅਦ ਦੇ ਵਿੱਚ ਫਿਰ ਪਾਣੀ ਛੱਡਤਾ, ਬਹੁਤ ਔਖੇ ਹੋ ਗਏ। ਮਾਲ ਡੰਗਰ ਫਿਰ ਬੰਨ੍ਹ 'ਤੇ ਬੰਨ੍ਹਣਾ ਪਿਆ, ਸਾਰਾ ਸਮਾਨ ਫਿਰ ਖੇਰੂ ਮੇਰ ਹੋ ਗਿਆ, ਅਤੇ ਕਦੇ ਉੱਤੇ ਚਲਾਉਣੇ ਕਦੇ ਥੱਲੇ ਰੱਖਣੇ, ਸਾਰਾ ਟੁੱਟ ਭੱਜ ਗਿਆ ਸਮਾਨ। ਕਦੋਂ ਵਧਿਆ ਪਾਣੀ? ਕਦੋਂ ਪਾਣੀ ਅੱਜ ਸਵੇਰ ਦੇ ਵਧ ਰਿਹਾ ਜੀ। ਹੋਰ ਕੀ ਉਮੀਦ ਹੈ, ਦੱਸ ਰਹੇ ਕੁਛ? ਹਾਂਜੀ ਹਾਂਜੀ, ਹੋਰ 1,25,000 ਦੀ ਉਮੀਦ ਦੱਸੀ ਜਾਂਦੇ, ਆ ਰਿਹਾ ਪਾਣੀ ਪਿੱਛੇ। ਤੁਸੀਂ ਇੰਤਜ਼ਾਮ ਕੀ ਕਰ ਰਹੇ ਹੋ? ਤੁਸੀਂ ਇੰਤਜ਼ਾਮ ਆਪਣੇ ਵੱਲੋਂ ਕਰ ਰਹੇ ਜੀ, ਕੋਈ ਪ੍ਰਸ਼ਾਸਨ ਨਹੀਂ ਆਇਆ, ਆਪਣੇ ਵੱਲੋਂ ਕਰੀ ਜਾਂਦੇ। ਕਦੇ ਕੋਠਿਆਂ 'ਤੇ ਰੱਖੀ ਜਾਂਦੇ, ਕੋਈ ਬਾਹਰ ਕੱਢੀ ਜਾਂਦੇ।